ਨੰਦੇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਨੂੰ ਆਪਾਂ ਧਰਨਾ ਇਸ ਬੰਦ ਚੁਲਾਣਾ ਸਮਾਣਾ ਏਰੀਆ ਪੂਰਾ ਬਲਾਕ ਜਿੰਨੀਆਂ ਵੀ ਸਾਡੀਆਂ ਕਿਸਾਨ ਜਥੇਬੰਦੀਆਂ ਨੇ ਵਜਾ ਇਹ ਬਣੀ ਹੈ ਕਿ ਇੱਕ ਤਰੀਕ ਐਲਾਨੀ ਕੀਤੀ ਸੀ ਸਰਕਾਰ ਵੱਲੋਂ ਪਰ ਅੱਜ ਵੇਖ ਲਓ 13 ਤਰੀਕ ਹੋ ਚਲੀ ਹੈ ਕਿਸਾਨ ਜਿਹੜੇ ਮੰਡੀਆਂ ਵਿੱਚ ਰੋੜਦੇ ਨੇ ਉਹਨਾਂ ਦੀਆਂ ਜਿੰਸਾ ਜਿਹੜੀਆਂ ਨੇ ਜੀਰੀ ਦੀ ਖਰੀਦ ਨਹੀਂ ਹੋ ਰਹੀ ਇਸ ਕਰਕੇ ਇਹ ਪਹਿਲੀ ਵਾਰ ਹੋਇਆ ਪੰਜਾਬ ਵਿੱਚ ਕਿ ਕਿਸਾਨ ਜਿਹੜੇ ਨੇ ਆਪਣੀ ਫਸਲ ਲੈ ਕੇ ਪਹੁੰਚ ਚੁੱਕੇ ਨੇ ਪਰ ਮੰਡੀਆਂ ਵਿੱਚ ਖਰੀਦ ਵਾਲੀ ਕੋਈ ਅਵਸਥਾ ਨਹੀਂ ਬਣੀ ਤੇ ਇਸ ਕਰਕੇ ਹੁਣ ਕੱਲ ਨੂੰ ਸਾਰੇ ਜਥੇਬੰਦੀਆਂ ਨੇ ਕਿਸਾਨਾਂ ਨੇ ਐਲਾਨ ਕੀਤਾ ਕਿ ਕੱਲ ਨੂੰ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਜਿਹੜਾ 12 ਤੋਂ 3 ਵਜੇ ਚੱਕਰ ਜਾਮ ਕੀਤਾ ਜਾਵੇਗਾ ਤਾ ਜੋ ਸਰਕਾਰ ਨੂੰ ਇਹ ਮੈਸੇਜ ਦਿੱਤਾ ਜਾਵੇ ਅਗਰ ਤੁਸੀਂ ਖਰੀਦਦਾਰੀ ਸ਼ੁਰੂ ਨਹੀਂ ਕਰਦੇ ਛੋਨੇ ਦੀ ਤਾਂ ਇਸ ਤੋਂ ਵੱਡੇ ਪੱਧਰ ਤੇ ਕਿਸਾਨ ਜਥੇਬੰਦੀਆਂ ਵੱਲੋਂ ਫੈਸਲੇ ਲਏ ਜਾਣਗੇ ਸੋ ਇਸ ਕਰਕੇ ਕੱਲ ਨੂੰ 12 ਤੋਂ 3 ਧਰਨਾ ਹੈ ਕਿ ਜਵੇਂ ਚੱਕ ਨਹੀਂ ਰੇ ਮਾਲ ਜੀ ਉਹਦੇ ਬਾਰੇ ਗੀ ਜਾਂਦੇ ਜੀ ਜਿਹੜੀ ਵੀ ਵਿਕੀ ਹੈ ਉਹ ਚੱਕ ਨਹੀਂ ਰਿਹਾ ਬਿਲਕੁਲ ਵੀ ਇਹ ਤਾਂ ਸਰਕਾਰਾਂ ਨੂੰ ਪਹਿਲਾਂ ਚਾਹੀਦਾ ਨਾ ਇਸ ਦਾ ਪ੍ਰਬੰਧ ਕਰਨਾ ਕਿ ਬਾਜ਼ਾਰ ਦਾ ਨਾ ਜਿੰਨੀਆਂ ਵੀ ਲੇਬਰ ਐ ਸਾਰਾ ਉਸ ਦਾ ਪ੍ਰਬੰਧ ਕੀਤਾ ਜਾਵੇ ਜਾਂ ਸੇਲਰ ਮਾਲਕਾਂ ਨਾਲ ਜਿੱਥੇ-ਜਿੱਥੇ ਵੀ ਗਦਾਮ ਨੇ ਉਹਨਾਂ ਨਾਲ ਪ੍ਰਬੰਧ ਕੀਤਾ ਜਾਵੇ ਇਹ ਪਹਿਲਾਂ ਤੋਂ ਹੀ ਆਧਾਰ ਹੁੰਦਾ ਜਿਹੜੀ ਸਹੀ ਸਰਕਾਰ ਚਲਾਉਂਦੇ ਨੇ ਉਹ ਸਰਕਾਰ ਦੀ ਕਾਰਜਗਾਰੀ ਦਾ ਪਤਾ ਹੀ ਉਦੋਂ ਲੱਗਦਾ ਜਦੋਂ ਝੋਨਾ ਜਾਂਦਾ ਮੰਡੀਆਂ 'ਚ ਜਾਂ ਕਣਕ ਜਾਂਦੀ ਹੈ ਕਿਸਾਨ ਫਿਰ ਤਾਂ ਹੀ ਤਾਂ ਧਰਨੇ ਲਾਉਂਦੇ ਨੇ ਜਦੋਂ ਸਹੀ ਤਰੀਕੇ ਨਾਲ ਖਰੀਦਦਾਰੀ ਨਹੀਂ ਹੁੰਦੀ ਤੇਸ ਕਰਕੇ ਸਰਕਾਰ ਨੂੰ ਇਹ ਪ੍ਰਬੰਧ ਪਹਿਲਾਂ ਕਰਨਾ ਚਾਹੀਦਾ ਸੀਗਾ ਤਾਂ ਜੋ ਇਹ ਕਿਸਾਨ ਇਸ ਪਾਸੇ ਆਉਂਦੇ ਹੀ ਨਾ ਧਰਨੇ ਵਾਲੇ ਪਾਸੇ ਠੀਕ ਹੈ ਜੀ